जय भीम जय भारत आज पंजाब ਦੇ ਵਿੱਚ ਅਕਾਲੀ ਦਲ ਔਰ बसपा ਦਾ ਗਠਬੰਧਨ ਹੋਇਆ ਬਹੁਤ ਹੀ ਬੜੀ ਖੁਸ਼ੀ ਦੀ ਗੱਲ ਆ ਔਰ ਪੂਰੇ ਦੇਸ਼ ਦੇ ਅੰਦਰ ਇਸ ਗੱਲ ਦਾ ਖੁਸ਼ਾਲੀ ਮਨਾਈ ਜਾ ਰਹੀ ਆ ਕਿ ਜਿਸ ਧਰਤੀ ਤੋਂ ਸਾਫ ਸ਼੍ਰੀ ਕਾਂਸ਼ੀ ਰਾਮ ਜੀ ਪੈਦਾ ਹੋ ਕੇ ਔਰ ਪੂਰੇ ਦੇਸ਼ ਦੇ ਵਿੱਚ ਬਹੁਜਨ ਸਮਾਜ ਪਾਰਟੀ ਨੂੰ ਰਾਸ਼ਟਰੀ ਪਾਰਟੀ ਬਣਾ ਕੇ ਇਸ ਦੇਸ਼ ਦੇ ਅੰਦਰ ਮਨੁੱਖਤਾ ਦੇ ਕਾਇਮ ਕੀਤੀ ਆ ਕਿਉਂਕਿ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਮਕਸ਼ਦ ਹੈ ਔਰ ਜਿਹੜਾ ਨਿਸ਼ਾਨਾ ਹੈ ਸਾਬਕਾਂ ਸਿੰਘੀ ਰਾਮ ਜੀ ਜਦੋਂ ਪਾਰਲੀਮੈਂਟ ਜਿੱਤ ਕੇ ਗਏ ਸੀ ਹੁਸ਼ਿਆਰਪੁਰ ਤੋਂ ਤੋਂ ਪਾਰਲੀਮੈਂਟ ਦੇ ਵਿੱਚ ਪੱਤਰਕਾਰਾਂ ਨੇ ਪੁੱਛਿਆ ਕਿ ਤੁਹਾਡਾ ਮਨੁਸ਼ਿਸ਼ਟੂ ਕੀ ਆ ਤਾਂ ਸਾਬਕਾਂ ਸਿੰਘੀ ਰਾਮ ਜੀ ਨੇ ਕੋਈ ਗੱਲ ਕਹੀ ਕਿ ਮਨੁਮ ਬਸਤੂ ਮੇਰਾ ਜਿਹੜਾ ਗੁਰੂਗਰਨ ਸਾਹਿਬ ਹੈ ਸਾਥੀਓ ਉਹ ਕਾਂ ਸਿੰਘੀ ਰਾਮ ਜੀ ਦੀ ਵਿਚਾਰਧਾਰਾ ਨੂੰ ਅੱਜ ਰਮਨਜੀਤ ਬਿੱਟੂ ਜਿਹੜਾ ਇਸ ਲੁਧਿਆਣੇ ਸ਼ਹਿਰ ਦਾ ਜਿਹੜਾ ਐਮਪੀ ਹੈ ਇਹਨਾਂ ਨਲਾਇਕ ਆ ਮੈਂ ਤਾਂ ਉਹਨੂੰ ਨਲਾਇਕ ਹੀ ਸਮਝਦਾ ਵਾਂ ਕਿਉਂਕਿ ਇਹਦਾ ਖਾਨਦਾਨ ਨਲਾਇਕ ਰਿਹਾ ਕਿਉਂਕਿ ਇਹਦਾ ਜਿਹੜਾ ਬਾਪੂ ਸੀ ਉਹ ਵੀ ਨਲਾਇਕ ਰਿਹਾ ਕਿਉਂਕਿ ਉਸ ਇਹਦੇ ਬਾਪੂ ਨੇ ਕਿਹਾ ਸੀ ਕਿ 바ਵਾ ਸਾਹਿਬ ਅੰਬੇਡਕਰ ਇਸ ਦੇਸ਼ ਨੂੰ 10 ਸਾਲ ਦੇ ਅੰਦਰ ਮੈਂ ਦੇਖੋਗੇ ਤੁਸੀਂ ਇਹ ਭਾਰਤ سونے ਦੀ ਚਿੜੀਆ ਬਣਾ ਦੇਵਾਂਗੇ ਲੇਕਿਨ 74 ਸਾਲ ਹੋ ਗਿਆ ਇਸ ਕਾਂਗਰਸ ਨੇ ਸਭ ਤੋਂ ਜ਼ਿਆਦਾ ਰਾਜ ਇਸ ਭਾਰਤ ਦੀ ਧਰਤੀ ਦੇ ਉੱਤੇ ਕੀਤਾ ਲੇਕਿਨ ਇਹਨਾਂ ਨੇ ਅੱਜ ਤੱਕ ਇਸ ਦੇਸ਼ ਦੇ ਅੰਦਰ ਮਰੁਖਤਾ ਕਾਇਮ ਨਹੀਂ ਕਰ ਸਕੇ ਇਹ ਇਹਨਾਂ ਦੀ ਸਭ ਤੋਂ ਵੱਡੀ ਨਲਾਇਕੀ ਆ ਔਰ ਮੈਂ ਰਮਨੀਤ ਬਿੱਟੂ ਨੂੰ ਜਾਣਦਾ ਮਾਂ ਕਿ ਉਹਨੇ ਮੇਰੇ ਖਾਲ ਸਿੱਖੀ ਧਰਮ ਨੂੰ ਪੜ੍ਹਿਆ ਨਹੀਂ ਉਹ ਸਿੱਖੀ ਨੂੰ ਜਾਣਦਾ ਨਹੀਂ ਸਿਰਫ ਚਿੱਕੀ ਦਾ ਚੋਲਾ ਪਾਇਆ ਉਹਨੇ ਔਰ ਤਾਂ ਕਰਕੇ ਉਹਨੇ ਇਹ ਗੱਲ ਕਹੀ ਆ ਜਿਹੜੀ ਦੋ ਸੀਟਾਂ ਤੇ ਉਹਨੇ ਬਿਆਨ ਕੀਤਾ ਕਿ ਇਹ ਸੀਟਾਂ ਬਹੁਜਨ ਸਮਾਜ ਪਾਰਟੀ ਨੂੰ ਦਿੱਤੀ ਜਿਹੜੀ ਆਨੰਦਪੁਰ ਸਾਹਿਬ ਦੀ ਚਮਕੌਰ ਸਾਹਿਬ ਦੀ ਧਰਤੀ ਦਾ ਤਾਂ ਸਾਥੀਓ ਮੈਂ ਇਹ ਕਹਿਣਾ ਚਾਹੂੰਗਾ ਜਿਉਂਨੇ ਇਹਨੇ ਜਿਹੜੀ ਗੱਲ ਕਹੀ ਆ ਇਸ ਗੱਲ ਦੇ ਉੱਤੇ ਇਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਕਿਉਂਕਿ ਇਸ ਦੇਸ਼ ਦੇ ਅੰਦਰ ਜਿਹੜਾ ਰਾਜ ਕਾਇਮ ਕਰਨ ਵਾਲੀ ਬਹੁਜਨ ਸਮਾਜ ਦੇ ਲੋਕ ਆ ਔਰ ਬਹੁਜਨ ਸਮਾਜ ਪਾਰਟੀ ਵੱਲੋਂ ਆ ਬਹੁਜਨ ਸਮਾਜ ਦੇ ਲੋਕਾਂ ਕੋ ਗੁੰਮਰਾਹ ਕਰਕੇ ਇਹ ਲੋਕ ਵੋਟਾਂ ਲੈ ਕੇ ਰਾਜ ਕਰਦੇ ਆ ਔਰ ਅੱਜ ਇਹਨਾਂ ਨੂੰ ਪਤਾ ਲੱਗ ਗਿਆ ਕਿ ਅੱਜ ਅਕਾਲੀ ਦਲ ਔਰ ਬਹੁਜਨ ਸਮਾਜ ਪਾਰਟੀ ਇਕੱਠੇ ਹੋ ਗਏ ਆ ਇਹਨਾਂ ਨੇ ਮਿਲ ਕੇ ਕੰਮ ਕਰਕੇ ਪੰਜਾਬ ਦੇ ਵਿੱਚ ਮਨੁੱਖਤਾ ਦਾ ਰਾਜ ਕਾਇਮ ਕਰਨਗੇ ਇਸ ਕਰਕੇ ਇਹਨੂੰ ਅੱਜ ਦੁੱਖ ਹੋਇਆ ਵਾ ਇਹ ਬੋਖਲਾ ਗਏ ਨੇ ਤਾਂ ਮੈਂ ਅੱਜ ਪੰਜਾਬ ਗਵਰਨਮੈਂਟ ਨੂੰ ਇਹ ਕਹੂੰਗਾ ਔਰ ਲੁਧਿਆਣੇ ਦੇ ਪ੍ਰਸ਼ਾਸਨ ਨੂੰ ਕਹੂੰਗਾ ਕਿ ਇਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਔਰ ਕੁਛ ਨਹੀਂ ਹੋਣਾ ਚਾਹੀਦਾ ਇਹਨੂੰ ਪਰਚਾ ਦਰਜ ਕਰਕੇ ਜੇਲ੍ਹ ਦੇ ਅੰਦਰ ਟਕਿਆ ਜਾਵੇ ਕਿਉਂਕਿ ਇਹ ਵਿਤਕਰਾ ਪੈਦਾ ਕਰ ਰਿਹਾ ਹੈ ਦੇਸ਼ ਦੇ ਅੰਦਰ ਇਸ ਚੀਜ਼ ਨੂੰ ਅਸੀਂ ਨਹੀਂ ਚਾਹੁੰਦੇ ਅਸੀਂ ਤਾਂ ਬਹੁਜਨ ਸਮਾਜ ਪਾਰਟੀ ਜਿਹੜੀ ਆ ਇਹ ਮਨੁੱਖਤਾ ਦਾ ਰਾਜ ਚਾਹੁੰਦੀ ਆ ਜਿਸ ਤਰ੍ਹਾਂ ਅਸ਼ੋਕਾ ਸ਼ਮਰਾਠ ਦਾ ਰਾਜ ਸੀ ਉਸ ਤਰ੍ਹਾਂ ਦਾ ਰਾਜ ਅਸੀਂ ਲਿਆਉਣਾ ਚਾਹੁੰਦੇ ਆ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ